ਜਾਖੜ ਸਾਹਿਬ ਕਹਿ ਰਹੇ ਨੇ ਵੀ ਧੂਲੋ ਸਾਹਿਬ ਨੇ ਜਿਹੜੀ ਥਾਲੀ ਚ ਖਾਦਾ ਉਹ ਉਸ ਥਾਲੀ ਚ ਛੇਕ ਕੀਤਾ ਉਹਦੇ ਆਪਣੇ ਬਾਰੇ ਕੀ ਵਿਚਾਰ ਹੈ ਅਸੀਂ ਤਾਂ ਨਾ ਆਸੀ ਥਾਲੀਆਂ ਚ ਖਾਣ ਵਾਲੇ ਆ ਅਸੀਂ ਤਾਂ ਸਧਾਰਨ ਬੰਦੇ ਆ ਅਸੀਂ ਤਾਂ ਹੱਥ ਚ ਰੋਟੀ ਫੜ ਲਈਦੀ ਆ ਉਕਕਲ ਖਾਈਦੀ ਆ ਥਾਲੀ ਤਾਂ ਅਸੀਂ ਦੇਖੀ ਵੀ ਨਹੀਂ ਕਦੇ ਅੱਜ ਤਾਂ ਮਜ਼ਦੂਰਾਂ ਜੋ ਪੈਦਾ ਹੋਏ ਆ ਮਜ਼ਦੂਰ ਇਹ ਹੈਗੇ ਆ ਰੋਟੀ ਅਗਲਾ ਮਜ਼ਦੂਰਾਂ ਨੂੰ ਕਿਵੇਂ ਦਿੰਦਾ ਪੰਜਾਬ ਤੇ ਇਹ ਜਿਹੜੇ ਲੈਂਡਲੋਰਡ ਨੇ ਕਿਵੇਂ ਰੋਟੀਆਂ ਉੱਤੇ ਆਪਣੇ ਮਜ਼ਦੂਰਾਂ ਨੂੰ ਦਿੰਦੇ ਨੇ ਜਾਖੜ ਸਾਹਿਬ ਆਪਣੇ ਬਾਰੇ ਸੋਚਣ ਸੋਨੀਆ ਸਾਹਿਬ ਨੂੰ ਸੋਨੀਆ ਗੱਧੀ ਜਿਨੂੰ ਕਹਾਂਗੇ ਮੈਡਮ ਸੋਨੀਆ ਨੂੰ ਬੀਰਾਂ ਨੂੰ ਪਾਰਟੀ ਨੂੰ ਪਹੁੰਚ ਦਾ ਰਸਤਾ ਦਿਖਾਇਆ ਜਾਵੇ ਦੇਖੋ ਕਾਲੇ ਹੈ ਚਾਹੀਦਾ ਤਾਂ ਹੈ ਸੀ ਐਜ ਪ੍ਰੈਜ਼ੀਡੈਂਟ ਕੀ ਜਾਖੜ ਸਾਹਿਬ ਆਪਣਾ ਧਰਮ ਨਿਵਾ ਰਹੇ ਨਹੀਂ ਪੰਜਾਬ ਚ ਸਮਗਰਿੰਗ ਹੋ ਰਹੀ ਹੈ ਹਰ ਤਰ੍ਹਾਂ ਦਾ ਮਾਫੀਆ ਕੰਮ ਕਰ ਰਿਹਾ ਹੈ ਔਰ ਇਹ ਕਾਂਗਰਸ ਦੇ ਪ੍ਰਧਾਨ ਨੇ ਪਿਛਲੇ 2-2.5 ਸਾਲਾਂ ਤੋਂ ਬਣੇ ਹੋਏ ਨੇ ਯਾਦ ਨਹੀਂ ਹੈ। ਕੀ ਕਦੇ ਵੀ ਇਹਨੇ ਸਰਕਾਰ ਦੇ ਬਾਰੇ ਕਦੇ ਛੋਨੀ ਗੱਲ ਨੂੰ ਲੈਟਰ ਲਿਖਿਆ? ਕਿ ਪੰਜਾਬ 'ਚ 마ਫੀਆ ਹੋਰ ਜਲਾ ਬੜਾ ਐਕਟਿਵਲੀ ਕੰਮ ਕਰ ਰਿਹਾ ਹੈ। ਰੇਤ 마ਫੀਆ, ਸੈਲ 마ਫੀਆ, ਲੀਕਰ 마ਫੀਆ, ਕੇਵਲ 마ਫੀਆ ਹਜੇ ਪ੍ਰਾਪਰਟੀਆਂ ਤੇ ਕਬਜ਼ੇ ਹੋ ਰਹੇ ਨੇ। ਬੈਂਕਾਂ ਲੁੱਟੀਆਂ ਜਾ ਰਹੀਆਂ, ਲਾਲ ਨਾਡਰ ਪ੍ਰੋਬਲਮ ਹੈ। ਹਜੇ ਰੇਪ ਹੋ ਰਹੇ ਨੇ। ਕਿ ਆਸ ਨਹੀਂ ਜਖੜਨੇ ਕਦੇ ਆਪਣੀ ਰਿਪੋਰਟ ਭੇਜੀ ਆ ਸੋਨੀਆ ਗਾਂਧੀ ਨੂੰ ਵੀ ਪੰਜਾਬ ਚ ਕੀ ਹੋ ਰਿਹਾ ਹੈ ਯਾ ਚੀਨ ਮਿਨਿਸਟਰ ਨੂੰ ਅਸੀਂ ਤਾਂ ਚਿੱਠੀਆਂ ਲਿਖਦੀਆਂ ਜੋ ਪੰਜਾਬ ਚ ਹੋ ਰਿਹਾ ਹੈ ਹਰ ਸ਼ੁਰੂ ਦੇ ਲਿਖੀਦਾ ਕਿ ਆ ਕੇ ਸੋਨੀ ਜਾਕਰ ਕਿਉਂ ਨਹੀਂ ਲਿਖਦਾ ਔਰ ਉਹ ਉਹ ਕਾ ਕਾਂਗਰਸ ਦੇ ਪ੍ਰਧਾਨ ਦੇ ਨਾਤੇ ਉਹਦਾ ਧਰਮ ਕੀ ਆ ਉਹ ਹੁੰਦਾ ਜੇ ਕੋਈ ਸਰਕਾਰ ਚ ਗਲਤ ਕੰਮ ਹੋਵੇ ਤਾਂ ਪ੍ਰਧਾਨ ਰੋਕਦਾ ਟੋਕਦਾ ਇਹ ਅੱਖਾਂ ਮੀਚਾ ਤੂੰ ਕਿਉਂ ਬੈਠਾ ਕਿਉਂ ਚੁੱਪ ਕਰੀ ਬੈਠਾ ਮੈਂ ਸੇ ਤਾਂ ਇੱਕ ਉਛਲਣਾ ਚਾਹਣਾ ਹੈ ਜਖਰ ਸਾਹਿਬ ਸੁਸ਼ੀ ਸਮਗਰਾਂ ਦੇ ਹੱਥ ਹੱਕ ਚੋਂ ਇਹ 111 12 15 ਬੰਦੇ ਮਰੇ ਨੇ ਤੁਸੀਂ ਗਰਦਾਸਪੁਰ ਤੋਂ ਐਮਪੀ ਬਣ ਕੇ ਆਏ ਹੋ ਬਟਾਲੇ 'ਚ ਬੰਦੇ ਮਰੇ ਤੁਸੀਂ ਉਹਨਾਂ ਦੀ ਖਬਰ ਸਾਲ ਬਣੀ ਲੈਣ ਗਏ ਜਿਨ੍ਹਾਂ ਨੇ ਤੁਹਾਨੂੰ ਐਮਪੀ ਬਣਾਇਆ ਸੀ 2 ਸਾਲ ਪਹਿਲਾਂ 2.5 ਲੱਖ ਬੋਸਾਂ ਨਾਲ ਜਿੱਤੇ ਸੀ ਤੁਸੀਂ ਔਰ ਤੁਸੀਂ ਸਾਨੂੰ ਕਹਿ ਰਹੇ ਹੋ ਸਾਨੂੰ ਨਸੀਹਤ ਦੇ ਰਹੇ ਹੋ ਸਾਨੂੰ ਬਣਾਉਣ ਵਾਲੀ ਵੀ ਸੋਨੀਆ ਗਾਂਧੀ ਹੈ ਜੇ ਉਹ ਕਾ ਜਾਹ ਕਹੇਗੀ ਅਸਤੀਫਾ ਦੇ ਦੋਸੀ ਅਸਤੀਫਾ ਦੇ ਦੰਦੇ ਅਸੀਂ ਕਾਂਗਰਸ ਨੂੰ ਬਚਾਉਣ ਲਈ ਆ ਕਿਉਂ ਅਸੀਂ ਕਾਂਗਰਸ ਚ ਥੱਲੇੋਂ ਚੱਲੇ ਆ ਜੇਲਾਂ ਕੱਟੀਆਂ ਤੁਸੀਂ ਤਾਂ ਕੋਈ ਜੇਲ੍ਹ ਵੀ ਨਹੀਂ ਕੱਟੀ ਕਦੇ ਉਹਦਾ ਬਰਾਮ ਜੀ ਕਰਕੇ ਤੁਹਾਨੂੰ ਐਮਐਲਏ ਦੀ ਟਿਕਟ ਮਿਲ ਜਾਂਦੀ ਆ ਬਰਾਮ ਜੀ ਕਰਕੇ ਕਿਉਂਕਿ ਬੜੇ ਲੀਡਰ ਦੇ ਪੁੱਤੋਂ ਤੁਹਾਨੂੰ ਇੱਥੇ ਪ੍ਰਧਾਨ ਵੀ ਬਣਾਤਾ ਬਾਕੀ ਦੋ ਸਾਲ ਦੋ ਕਾਂਗਰਸ ਅਫਸਰ ਚ ਕੌਣ ਬੋਲਦੇ ਨੇ ਬਰਕਰ ਕੋਈ ਆਉਂਦਾ ਨਹੀਂ ਬਰਕਰ ਦੀ ਸਹਾਰ ਨਹੀਂ ਲੈਂਦੇ ਟੈਲੀਫੋਨ ਤੁਸੀਂ ਨਹੀਂ ਚੱਕਦੇ ਔਰ ਮਾਫੀਆ ਰਾਜ ਕਰ ਰਿਹਾ ਬਾਫੀਆ ਦੇ ਖਿਲਾਫ ਤੁਸੀਂ ਬੋਲਦੇ ਨਹੀਂ ਇਹਦਾ ਮਸਲਾ ਤੁਹਾਡੀ ਮਿਲੀ ਪਾਰਕਸਾ ਮਾਫੀਆ ਦੇ ਨਾਲ ਇਹਦਾ ਜਵਾਬ ਦਿਓ ਮੈਨੂੰ ਤੁਸੀਂ ਮੈਨੂੰ ਕਾਗਰਸ ਤੇ ਘੜਾਉਣ ਦੀ ਵੀ ਆਏ ਪਹਿਲਾਂ ਆਪ ਦੇਖੋ ਕਿ ਆ ਤੁਸੀਂ ਚਾਹੁੰਦੇ ਹੋ ਐਜ ਕਾਂਗਰਸ ਪ੍ਰੈਜ਼ੀਡੈਂਟ ਕਿ ਪੰਜਾਬ 'ਚ ਮਾਫੀਆ ਸਰਕਾਰ ਮ ਰਹੇ ਔਰ ਮੈਂ ਇੱਕ ਐਲੀਗੇਸ਼ਨ ਨਾ ਕਹਣਾ ਮੈਂ ਮੀਨ ਨਾ ਪਹਿਲਾਂ ਐਸੇ ਛੇਟ ਸਟੇਟਮੈਂਟਾਂ ਪੜੀਆਂ ਪੰਜਾਬ ਦੇ ਵਿੱਚ ਛੇ ਜਿਸਟਰੀਡੀਆਂ ਦੇ ਬਾਰੇ ਮੈਂ ਚਿੱਠੀ ਲਿਖੀ ਤੇ ਸੀਬੀਆਈ ਇਨਕੁਆਰੀ ਹਾਈ ਕੋਰਟ ਦੀ ਇਨਕੁਆਰੀ ਮੇਰੀਆਂ ਦੇ ਰਾਹੀਂ ਤੁਸੀਂ ਕਿਉਂ ਚੁੱਪ ਰਹੇ ਅੱਜ ਕਾਂਗਰਸ ਪ੍ਰੈਜ਼ੀਡੈਂਟ ਜਿਸਟਰੀਡੀਆਂ ਗੈਰ ਕਾਨੂੰਨੀ ਛੇ ਫੜੀਆਂ ਗਈਆਂ ਪਿੰਡ ਪਿੰਡ ਸ਼ਰਾਬ ਵੇਖਦੀ ਹੈ ਤੁਸੀਂ ਕਿਉਂ ਤੁੱਪ ਚੁੱਪ ਰਹੇ ਅੱਜ ਕੀ ਦੇ ਕਹੇ ਤੇ ਬੋਲਦੇ ਹੋ ਕਿਹਦਾ ਤੋਤਾ ਬਣ ਕੇ ਬੋਲ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਇਹ ਜਵਾਬ ਦੇ ਸਨੀਜ ਆਖਰ ਸਾਹਿਬ ਇਸ ਲਈ ਆਪਣੀ ਪੀੜੀ ਥੱਲੇ ਸੋਟਾ ਫੇਰਨ ਪਹਿਲਾਂ ਤਾਂ ਵੇ ਉਹ ਆਪ ਕੀ ਕਰਿਆ ਤਾਲਮ ਘਮਾ ਰਿਹਾ ਕਾਂਗਰਸ ਦੇ ਬਰਵਾਦ ਹੋਈ ਹੈ ਇਹ ਹੈ ਇਹ ਲੋਕਾਂ ਕਰਕੇ ਹੋਈ ਹੈ ਕਾਂਗਰਸੀ ਖੁੱਡੇ ਲਾਲ ਲਾਤੇ ਮਾਫੀਆ ਨੂੰ ਟਿਕਟਾਂ ਦੋ ਆਤੀਆਂ ਉਦੋਂ ਕਿਹਦੀ ਬੋਲੇ ਕਿ ਅਕਾਲੀ ਦਲ ਤੋਂ ਲਿਆ ਕੇ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ ਸੁਨੀਲ ਜਾਖੜ ਚੁੱਪ ਕਿਉਂ ਹੈ ਕਿਉਂ ਕਾਂਗਰਸੀਆਂ ਨੂੰ ਮਾਰ ਕੇ ਜਿਹੜੇ ਟਕਸਾਲੀ ਨੇ ਜਿਹੜੇ ਕੁਰਬਾਨੀ ਵਾਲੇ ਕਾਂਗਰਸੀ ਨੇ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਨਹੀਂ ਦਿੱਤੀਆਂ ਉਹ ਘਰਾਂ ਚ ਬਾਸੇ ਮਾਫੀਆ ਸਰਕਾਰ ਮੈਂ 70% ਮੈਂ ਬਾਬੇ ਨਾ ਕਹਿਣਾ ਜੇ ਸੀਬੀਆ ਇਨਕੁਆਰੀ ਕਰੇ ਤਾਂ 70% ਲੀਡਰ ਜਿਹੜੇ ਆ ਰੂਲਿੰਗ ਪਾਰਟੀ ਦੇ ਉਸ ਇਹ ਸਮਾਫੀਏ ਦੇ ਵਿੱਚ ਸ਼ਾਮਲ ਨੇ ਡਾਇਰੈਕਟ ਆਰ ਇੰਡਾਇਰੈਕਟ ਮੈਲੀਗੇਸ਼ਨ ਲਾਉਣਾ ਹੈ ਉਹਦੇ ਬਾਰੇ ਇਹ ਗੱਲ ਕਿਉਂ ਨਹੀਂ ਕਰਦਾ ਸੁਨੀਲ ਜਾਖੜ ਇਸਲੀ ਮਾਫੀਆ ਦੀ ਸਪੋਰਟ ਕਰਦਾ ਤੁਹਾਨੂੰ ਲੱਗਦਾ ਸੁਨੀਲ ਜਾਖੜ ਕੀ ਦਾ ਤੋਤਾ ਜੀ ਨਹੀਂ ਹਰੇ ਤਾਂ ਉਹਦੇ ਤਾਂ ਜਿਹਦੇ ਕਹੇ ਤੇ ਬੋਲਦਾ ਤੋਤਾ ਉਹ ਚੁੱਪ ਕਿਉਂ ਹੈ ਕਿਉਂ ਅੱਜ ਕਿਉਂ ਬੋਲ ਦੋ ਸਾਲੋਂ ਬੋਲਿਆ ਨਹੀਂ ਮਾਫੀ ਦੇ ਖਿਲਾਫ ਨਹੀਂ ਬੋਲਿਆ ਜਦੋਂ ਬੋਲਿਆ ਸੀ ਸੀਐਮ ਨੇ ਸਲਮ ਕਰਤਾ ਉਹਨੂੰ ਮੈਨਨ ਦਾ ਟਾਈਮ ਨਹੀਂ ਦਿੱਤਾ ਸੀਐਮ ਨੂੰ ਸਾਨੂੰ ਕਹਦਾ ਗਵਰਨਰ ਨੂੰ ਜੇ ਤੇਰੇ ਚ ਗੈਰਤ ਨਹੀਂ ਹੈ ਜ਼ਰੂਰਤ ਨਹੀਂ ਹੈ ਤਾਂ ਸਾਡੇ ਚ ਹੈ ਖੁਦਾਰੀ ਹੈ ਸਾਡਾ ਮੂੰਹ ਨਹੀਂ ਕੋਈ ਬੰਦ ਸਾਡਾ ਸਾਡਾ ਮੂੰਹ ਬੰਦ ਨਹੀਂ ਕਰ ਸਕਦਾ ਨਾ ਸਮਝਲਰ ਕਰ ਸਕਦਾ ਨਾ ਕੋਈ ਹੋਰ ਕਰ ਸਕਦਾ ਅਸੀਂ ਲੜਾਈਆਂ ਅਤਵਾਦ ਦੇ ਖਿਲਾਫ ਲੜੀਆਂ ਕਾਂਗਰਸ ਨੂੰ ਬਚਾਉਣ ਲਈ ਕਾਂਗਰਸੀਆਂ ਦੀ ਲੋੜ ਨਹੀਂ ਹੈ ਕਾਂਗਰਸੀ ਸ਼ਾਖ ਜਿਹੜੀ ਹੈ ਉਹਨੂੰ ਢਾਹ ਲਗਦੀ ਆ ਤਾਂ ਮੈਂ ਬੋਲ ਰਿਹਾ ਮੈਂ ਕਿਸੇ ਦੇ ਪਰਸਨਲ ਖਿਲਾਫ ਨਹੀਂ ਆ